ਦਸਰੇ ਕਾਲ ਜੀ ਮੈਂ ਤੁਹਾਡਾ ਆਪਣਾ ਅਮਨ ਸਿੰਘ ਦੀਪ ਸੁਰੀਲੇ ਸੁਪਨਿਆਂ ਦੇ ਨਾਲ ਸ਼ੁਰੂਆਤ ਕਰਦੇ ਨੇ ਬਹੁਤ ਸਾਰੇ ਸਿੰਗਰਸ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਤੇ ਉਹਨਾਂ ਹੀ ਖਾਸ ਸਿੰਗਰਸ ਦੇ ਨਾਲ ਮੈਂ ਤੁਹਾਡੀ ਮੁਲਾਕਾਤ ਕਰਵਾਉਣਾ ਇਸ ਖਾਸ ਸ਼ੋਅ ਦੇ ਵਿੱਚ ਜਿਹਦਾ ਨਾਮ ਹੈ ਜੀ ਫਸ ਲੁੱਕ ਗਾਇਕ ਜਿਸ ਦੀ ਜਨ ਤੇ ਗਾਇਕੀ ਹੈ ਉਹਦੀ ਜਾਨ ਆਪਣੀ ਸੁਰੀਲੀ ਦਰਦਪਰੀ ਆਵਾਜ਼ ਦੇ ਨਾਲ ਉਹ ਸਭ ਨੂੰ ਆਪਣਾ ਕਾਇਲ ਬਣਾ ਲੈਣਾ ਚਾਹੁੰਦਾ ਹੈ ਸੋ ਪਲੀਜ਼ ਵੈਲਕਮ ਆਤੀਸ਼ ਵਲਕੇ ਮੇ ਆਤੀ ਸਵਾਗਤ ਤੁਹਾਡਾ ਫਰਸਟ ਲੁੱਕ ਤੇ ਵਿੱਚ ਸਸੀ ਗੱਲ ਜੀ ਆਤੀ ਤੁਸੀਂ ਸ਼ੁਰੂਆਤ ਤਾਂ ਕਰਤੀ ਪ੍ਰੋਫੈਸ਼ਨਲੀ ਬਟ ਮੈਨੂੰ ਇਹ ਦੱਸੋ ਕਿ ਸਭ ਤੋਂ ਪਹਿਲਾਂ ਸਾਂਝ ਕਦੋਂ ਪਈ ਸੀ 뮤ਜ਼ਿਕ ਦੇ ਨਾਲ 뮤ਜ਼ਿਕ ਨਾਲ ਸਾਂਝ ਮੇਰੀ ਜਿਸ ਦਿਨ ਪੈਦਾ ਹੋ ਗਿਆ ਸੀ ਮੈਨੂੰ ਲੱਗਦਾ ਉਸ ਦਿਨ ਹੀ ਪੈ ਗਈ ਸੀ ਕਿਉਂਕਿ ਮੇਰੇ ਡੈਡੀ 뮤ਜ਼ਿਕ ਲਾਈਨ ਦੇ ਵਿੱਚ ਹੀ ਉਹ ਬਹੁਤ ਅੱਛੇ ਬੈਂਜੋ ਪਲੇਅਰ ਉਹ ਬੈਂਜੋ ਦੇ ਨਾਲ ਗਾਉਂਦੇ ਹੁੰਦੇ ਸੀ ਵਾਹ ਜੀ ਹਾਂਜੀ ਸੋ ਬੇਸਿਕਲੀ ਫੈਮਿਲੀ ਤੋਂ ਹੀ ਤੁਸੀਂ 뮤జిక్ ਲੈ ਕੇ ਪੈਦਾ ਹੋਏ ਹੋ। ਜੀ। ਸੋ ਬਟ ਇਹ ਪ੍ਰੋਫੈਸ਼ਨਲੀ ਕਦੋਂ ਸੋਚਿਆ ਕਿ ਭਈ ਕਦੋਂ ਪ੍ਰੋਫੈਸ਼ਨਲੀ ਸ਼ੁਰੂਆਤ ਕਦੋਂ ਹੋਈ? ਮੈਂ ਸਕੂਲ ਵਿੱਚ ਗਾਣਾ ਹੁੰਦਾ ਸੀ ਮੈਨੂੰ ਪਤਾ ਨਹੀਂ ਸੀ ਕਿ ਮੈਂ ਪ੍ਰੋਫੈਸ਼ਨਲੀ ਹੋ ਜਾਊਂਗਾ। ਜੀ। ਬਸ ਮੇਰੇ ਇਲਾਕੇ ਦੇ ਕੁਝ ਸੱਜਣ ਮਿੱਤਰ ਜਿਨ੍ਹਾਂ ਨੇ ਹੌਸਲਾ ਵਜ਼ਾਈ ਦੇ ਨਾਲ ਇਹ ਮੈਂ ਅੱਗੇ ਵਧਿਆ ਤੇ ਮੈਨੂੰ ਪਤਾ ਹੀ ਨਹੀਂ ਲੱਗਾ ਕਦੋਂ ਇਸ ਪ੍ਰੋਫੈਸ਼ਨ ਦੇ ਵਿੱਚ ਆ ਗਿਆ ਤੁਸੀਂ ਪਹਿਲਾਂ ਇਸ ਤੋਂ ਪਹਿਲਾਂ ਕਿੱਥੇ ਗਾਉਂਦੇ ਰਹੇ ਹੋ ਕਾਲਜ ਆ ਸਕੂਲ ਦੇ ਵਿੱਚ ਕਿਤੇ ਹਾਂ ਜੀ ਮੈਂ ਮੈਨੂੰ ਘਰ ਦੇ ਦੱਸਦੇ ਆ ਕਿ ਮੈਂ 3rd ਸੀਜ਼ਨ ਨੂੰ ਮੈਂ ਪਹਿਲੀ ਵਾਰ ਗਾਇਆ ਸੀਗਾ ਸਟੇਜ ਦੇ ਉੱਤੇ ਛੋਟਾ ਜਿਹਾ ਬੱਚਾ ਇੱਕ ਗਾਂਦਾ ਦੇਖ ਕੇ ਤੇ ਮੈਨੂੰ ਉੱਥੇ ਵਾਵਾ ਪੈਸੇ ਮਿਲੇ ਸੀ ਉਦੋਂ ਤਾਂ ਪੈਸੇ ਲੱਗਦੇ ਸੀਗੇ ਤੇ ਬਾਅਦ ਵਿੱਚ ਲੱਗਾ ਕਿ ਜੋ ਇਹ ਹੌਸਲਾ ਵਜ਼ਾਈ ਉਹਦੇ ਨਾਲ ਹੀ ਇੱਥੇ ਤੱਕ ਪਹੁੰਚੇ ਸੋ ਇਹ ਜਦੋਂ ਤੁਸੀਂ ਕੰਟੀਨਿਊ ਕੀਤੀ ਅੱਗੇ ਗਾਣ ਦੀ ਆਪਣੀ ਕਾਲਜ ਦਾ ਕਾਲਜ ਦੇ ਵਿੱਚ ਵੀ ਹਾਂਜੀ ਸਕੂਲ ਤੋਂ ਕਾਲਜ ਕਾਲਜ ਤੋਂ ਬਾਅਦ ਵੀ ਕਿਉਂਕਿ ਮੈਂ ਬੇਸਿਕਲੀ 뮤ਜ਼ਿਕ ਦੀ ਗ੍ਰੈਜੂਏਸ਼ਨ ਕੀਤੀ ਹੈ ਜੀ ਜੀ ਹਾਂਜੀ ਅੱਛਾ 뮤ਜ਼ਿਕ ਦੀ ਗ੍ਰੈਜੂਏਸ਼ਨ ਕੀਤੀ ਹੋਈ ਹੈ ਸੋ ਬੇਸਿਕਲੀ ਤਾਲੀਮ ਤੁਸੀਂ 뮤ਜ਼ਿਕ ਵਾਲੀ ਸ਼ੁਰੂ ਤੋਂ ਸੋਚਿਆ ਹੋਇਆ ਸੀ ਕਿ ਮੈਂ ਇੱਧਰ ਹੀ ਜਾਣਾ ਹਾਂਜੀ ਮੈਂ ਸੋਚਿਆ ਹੋਇਆ ਸੀ ਵੀ 뮤ਜ਼ਿਕ 'ਚ ਹੀ ਆਪਣਾ ਅੱਗੇ ਕੈਰੀਅਰ ਕਰਨਾ ਸੈੱਟ ਸੋ ਜਦੋਂ ਕਾਲਜ 'ਚ ਗਾਉਂਦੇ ਸੀ ਸਟੇਜ ਤੇ ਤਾਂ ਉਦੋਂ ਕਿਵੇਂ ਦਾ ਮਾਹੌਲ ਸੀ ਗਾਇਕੀ ਦਾ ਉਦੋਂ ਕੰਪੀਟੀਸ਼ਨ ਲੈਵਲ ਇੱਕ ਹੁੰਦਾ ਨਾ ਜੋ ਇਹ ਹੁੰਦਾ ਕਿ ਕੋਈ ਅੱਛਾ ਗਾਣ ਵਾਲਾ ਜਦੋਂ ਉਹਨੂੰ ਹੁੱਡਿੰਗ ਮਿਲਦੀ ਆ ਜਦੋਂ ਕੋਈ ਰੋਲਾ ਪੈਂਦਾ ਤਾੜੀਆਂ ਕੋਕਾਂ ਦੇ ਨਾਲ ਤੇ ਉਹ ਇੱਕ ਅਲੱਗ ਹੀ ਨਜ਼ਾਰਾ ਹੁੰਦਾ ਜਦੋਂ ਉਹ ਚੀਜ਼ ਹੁੰਦੀ ਸੀ ਤੇ ਅੰਦਰ ਅੱਗ ਹੋਰ ਜ਼ਿਆਦਾ ਪੈਦਾ ਹੁੰਦੀ ਸੀ ਜੀ ਜੀ ਔਰ ਤੁਹਾਡੇ ਮੈਂਟਰ ਤੁਹਾਡੇ ਗੁਰੂ ਕੋਲ ਨੇ ਜਿਨ੍ਹਾਂ ਨੇ ਤੁਹਾਨੂੰ ਤਾਲੀਮ ਦਿੱਤੀ ਸਿਖਾਇਆ ਸਭ ਤੋਂ ਪਹਿਲਾਂ ਮੇਰੇ ਗੁਰੂ ਮੇਰੇ ਮੈਂ ਆਪਣੇ ਫਾਦਰ ਸਾਹਿਬ ਨੂੰ ਮੰਨਦਾ ਉਸ ਤੋਂ ਬਾਅਦ ਜਿਵੇਂ ਜਿਵੇਂ ਅਲੱਗ-ਅਲੱਗ ਸਟੇਜਸ ਆਈਆਂ ਸਕੂਲ ਟਾਈਮ ਦੇ ਵਿੱਚ ਮੈਂ ਪਾਪਾ ਦੇ ਕੋਲ ਸਿੱਖਦਾ ਰਿਆ ਉਸ ਤੋਂ ਬਾਅਦ ਫਿਰ ਹੁਸ਼ਿਆਰਪੁਰ ਤੋਂ ਬਾਈ ਚੰਨਨ ਸਿੰਘ ਮਜਬੂਰ ਜੀ ਉਹਨਾਂ ਦੇ ਕੋਲੋਂ ਸਿੱਖਿਆ ਉਸ ਤੋਂ ਬਾਅਦ ਜਦੋਂ ਮੈਂ ਕਾਲਜ ਦੇ ਵਿੱਚ ਆਇਆ ਬੀਏ ਕਰਨ ਲਈ ਤੇ ਹਰਜਿੰਦਰ ਰਮਨ ਸਰ ਮੇਰੇ ਉਹਨਾਂ ਦੇ ਕੋਲੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਸਹੀ ਹੈ ਔਰ ਵੈਸੇ ਤੁਸੀਂ ਦੱਸਿਆ ਕਿ ਮੈਂ 뮤직 ਫੈਮਿਲੀ ਤੋਂ ਸਿੱਖਿਆ ਬਟ ਫਿਰ ਵੀ ਪ੍ਰੋਫੈਸ਼ਨਲੀ ਆਪਣਾ ਨੂੰ ਸਟੈਬਲਿਸ਼ ਕਰਨਾ ਬਹੁਤ ਔਖਾ ਹੁੰਦਾ ਹੈ ਸੋ ਕਿੰਨੀਆਂ ਕੌਕੜ ਆਈਆਂ ਉਸ ਚੀਜ਼ ਨੂੰ ਪਾਰ ਕਰਨ ਲਈ ਔਕੜਾਂ ਤਾਂ ਹਰ ਫੀਲਡ 'ਚ ਹੀ ਆ ਸਾਡੇ ਫੀਲਡ 'ਚ ਵੀ ਬਹੁਤ ਜ਼ਿਆਦਾ ਆ ਤੁਹਾਨੂੰ ਪਤਾ ਹੈ ਤੇ ਕਾਫੀ ਔਕੜਾਂ ਆਈਆਂ ਪਰ ਮੇਰੇ ਮਨ 'ਚ ਇੱਕ ਗੱਲ ਸੀ ਕਿ ਖੁਦਾ ਨੇ ਕੰਨ ਵਿੱਚ ਕਿਹਾ ਮਿਹਨਤ ਕਰ ਡੋਲੀ ਨਾ ਤੇਰਾ ਵੀ ਟਾਈਮ ਆਊ ਚੁੱਪ ਕਰ ਜਾ ਬੋਲੀ ਨਾ ਮਿਹਨਤ ਕੀਤੀ ਆ ਚੁੱਪ ਕਰਕੇ ਤੇ ਲੱਗੇ ਰਹੇ ਆ ਸੋ ਉਹ ਬੇਸਿਕਲੀ ਮਿਹਨਤ ਹੁਣ ਸ਼ੋਰ ਮਚਾ ਰਹੀ ਐ ਸ਼ਰੀਆਮ ਜੀ ਸੋ ਕੁਝ ਗਾਣਾ ਐਦਾਂ ਦਾ ਜਿਹਦੇ ਤੁਸੀਂ ਬਹੁਤ ਗਾंदे ਸੀ ਕਾਲਜ ਦੇ ਵਿੱਚ ਸਾਡੇ ਨਾਲ ਸ਼ੇਅਰ ਕਰਨਾ ਚਾਹੋਗੇ ਦੋ ਜੀ ਮੈਂ ਕਾਲਜ ਦੇ ਵਿੱਚ ਹਾਂ ਮੈਂ ਜੋ ਪਹਿਲੀ ਵਾਰ ਗਾਇਆ ਸੀਗਾ ਜੀ ਸਟੇਜ ਦੇ ਉੱਤੇ ਪ੍ਰੋਫੈਸ਼ਨ ਜਦੋਂ ਪੂਰਾ 뮤지컬 ਗਰੁੱਪ ਦੇ ਨਾਲ ਗਾਇਆ ਸੀ ਵਾਹ ਜੀ ਪਹਿਲਾਂ ਤਾਂ ਹਾਰਮੋਨੀਅਮ ਤਬਲੇ ਦੇ ਨਾਲ ਗਾਉਂਦੇ ਸੀ ਉਹ ਵੀ ਗਾਣੇ ਹੁੰਦੇ ਸੀ ਪਰ ਪਹਿਲੀ ਵਾਰ ਜਦੋਂ ਮੈਨੂੰ ਲੱਗਾ ਕਿ ਮੈਂ ਪ੍ਰੋਫੈਸ਼ਨਲੀ ਮੈਨੂੰ ਗੁਰਮਿੰਦਰ ਕੈਂਡੋਵਾਲ ਜੀ ਨੇ ਅੱਗੇ ਲੈ ਕੇ ਆਂਦਾ ਮੇਰੇ ਹੋਰ ਸਾਥੀ ਸੀ ਉਹ ਗਾਣਾ ਮੈਂ ਸੁਣਾਉਂਗਾ ਬਿਲਕੁਲ ਆਣ ਦਿਓ ਜਦੋਂ ਦੀਆਂ ਤੇਰੇ ਨਾਲ ਲੜ ਗਈਆਂ ਅੱਖੀਆਂ ਸੌ ਤੇਰੀਆਂ ਦੋਂਦੀਆਂ ਸੋ ਬਿਨ ਸਕੀਆਂ ਜਦੋਂ ਦੀਆਂ ਤੇਰੇ ਨਾਲ ਲੜ ਗਈਆਂ ਅੱਖੀਆਂ ਜਦੋਂ ਦੀਆਂ ਤੇਰੇ ਨਾਲ ਵਾਹ ਜੀ ਵਾਹ ਕੀ ਬਾਤਾਂ ਆਤੀਸ਼ਪੂਰੇ ਐਂਡ ਆਤੀਸ਼ਬਾਜੀ ਕਰਦੇ ਹੋ ਗਾਇਕੀ ਦੇ ਨਾਲ ਨਾਲ ਸੋ ਬਹੁਤ ਸੋਹਣਾ ਮਿੱਠਾ ਗਾਉਂਦੇ ਹੋ ਔਰ ਆਵਾਜ਼ ਤੇ ਦਿਖਦੀ ਹੈ ਤਿਆਰੀ ਉਹ ਚੀਜ਼ ਦਿਖਦੀ ਹੈ ਕਿ ਤੁਸੀਂ ਮਿਹਨਤ ਕੀਤੀ ਹੋਈ ਹੈ ਸੋ ਆਪ ਕਿਦਾਂ ਦਾ ਸੁਣਨਾ ਪਸੰਦ ਕਰਦੇ ਹੋ ਪਰਸਨਲੀ ਜਦੋਂ ਮੈਂ ਸੁਰਤ ਚ ਆਇਆ ਤમે Nusrat Fateh Ali Khan Saab Ghulam Ali Khan Saab ਦੀਆਂ ਕੈਸਟਾਂ ਹੀ ਦੇਖੀਆਂ ਉਹਨਾਂ ਦੀਆਂ ਹੀ ਦੇਖੀਆਂ ਤੇ ਮੈਂ ਸੁਣਦਾ ਸੀ ਤਾਂ ਉਹਦਾ ਦਾ ਟੇਸਟ ਆਇਆ ਪਰ ਮੈਂ ਉਸ ਤੋਂ ਬਾਅਦ ਹੌਲੀ 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 ਜਿੱਦਾਂ ਜਿਵੇਂ ਮੈਂ ਤੁਹਾਨੂੰ ਦੱਸਦਾ ਕਿ ਅਲੱਗ-ਅਲੱਗ ਸਟੇਜਿਸ 'ਚ ਮੈਂ ਸਾਰਿਆਂ ਨੂੰ ਸੁਣਦਾ ਜੋ ਅੱਛੇ ਆ ਮੈਂ ਸਾਰਿਆਂ ਨੂੰ ਸੁਣਦਾ ਸਹੀ ਹੈ ਔਰ ਫਿਰ ਵੀ ਜਦੋਂ ਤੁਸੀਂ ਸ਼ੁਰੂਆਤ ਕੀਤੀ ਤਾਂ ਇੱਕ ਜਿਹੜਾ ਸਪੋਰਟ ਹੁੰਦੀ ਨਾ ਸਟਾਰਟਿੰਗ ਵਾਲੀ ਕਿ ਯਾਰ ਤੂੰ ਕਰ ਸਕਦਾ ਜਾਂ ਤੇਰੇ ਅੰਦਰ ਇਹ ਚੀਜ਼ ਹੈ ਐਕਸਪੈਕਟਡ ਹੈ ਉਹ ਸਪੋਰਟ ਸਭ ਤੋਂ ਵੱਧ ਕਿੱਦਿ ਮਿਲੀ ਲਾਈਫ ਦੇ ਵਿੱਚ ਸਭ ਤੋਂ ਵੱਧ ਮੈਨੂੰ ਸਪੋਰਟ ਪਹਿਲਾਂ ਤਾਂ ਘਰ ਤੋਂ ਮੇਰੇ ਮੰਮੀ ਪਾਪਾ ਸਹੀ ਹੈ 브ਦਰ ਮੇਰੀ ਸਿਸਟਰ ਤੋਂ ਮੈਨੂੰ ਮਿਲੀ ਉਹ ਬੜਾ ਉਹਨਾਂ ਨੂੰ ਹੁੰਦਾ ਸੀ ਜਦੋਂ ਮੈਂ ਕਿਤੇ ਗਾਉਂਦਾ ਸੀ ਬੜਾ ਉਹਨਾਂ ਨੂੰ ਚਾਹੁੰਦਾ ਸੀ ਮੇਰਾ 브ਦਰ ਮੇਰੇ ਨਾਲ ਸਾਡੀ ਜੋੜੀ ਉਹ ਮੇਰੇ ਤੋਂ ਵੀ ਅੱਛਾ ਗਾਉਂਦਾ ਮੇਰਾ 브ਦਰ ਆਸਟ੍ਰੇਲੀਆ ਦੇ ਵਿੱਚ ਆ ਅੱਛਾ ਜੀ ਉਹ ਆਪਣੇ ਪ੍ਰੋਫੈਸ਼ਨ ਦੇ ਵਿੱਚ ਬਿਜ਼ੀ ਹੋ ਗਿਆ ਤੇ ਉਹ ਇਸ ਲਾਈਨ ਦੇ ਵਿੱਚ ਨਹੀਂ ਆਊਗਾ ਪਰ ਜਲਦੀ ਤੇ ਮੈਨੂੰ ਆਪਣੀ ਫੈਮਲੀ ਤੋਂ ਬਹੁਤ ਜ਼ਿਆਦਾ ਸਪੋਰਟ ਮਿਲੀ ਸਹੀ ਹੈ ਬਹੁਤ ਵਧੀਆ ਕਿਉਂਕਿ ਫੈਮਲੀ ਦੀ ਸਪੋਰਟ ਬਹੁਤ ਜ਼ਰੂਰੀ ਹੁੰਦੀ ਹੈ ਲਾਈਫ ਦੇ ਵਿੱਚ ਸੋ ਗਾਇਕੀ ਦੇ ਨਾਲ ਨਾਲ ਕੁਝ ਹੋਰ ਵੀ ਚੱਲ ਰਿਹਾ ਹੈ ਲਾਈਫ ਦੇ ਵਿੱਚ ਕੁਝ ਜਾਂ ਸਿਰਫ ਗਾਇਕੀ ਤੇ ਫੋਕਸ ਹੈ ਫੋਲ अच्छा ये ना कुछ और नहीं चल रहा फिर नहीं नहीं सही है बिल्कुल और तूने दसया कि ਤੁਹਾਡੇ 브ਦਰ ਵੀ ਗਾ ਗਾਉਂਦੇ ਨੇ ਸੋ ਬੇਸਿਕਲੀ ਤੁਸੀਂ ਇਕੱਠੇ ਵੀ ਕਦੀ ਸਟੇ ਸ਼ੇਅਰ ਕਰਦੇ ਰਹੇ ਹੋ ਜਾਂ ਕਿਦਾਂ ਚਾਰ ਪੰਜ ਸਾਲ ਮੈਂ ਤੇ ਮੇਰੇ 브ਦਰ ਨੇ ਜਿਵੇਂ ਇੱਕ ਦੋ ਗਾਣਾ ਜਿਵੇਂ ਦੋਨੋਂ ਅਸੀਂ ਜੁਗਲਬੰਦੀ ਬਹੁਤ ਬਹੁਤ ਸੂਫੀ ਪ੍ਰੋਗਰਾਮ ਕੀਤੇ ਜਿਵੇਂ ਬੈਠ ਕੇ ਸਾਈਡ ਤੇ ਹਾਰਮੋਨੀਅਮ ਰੱਖ ਕੇ ਤੇ ਕਾਫੀ ਕੀਤੇ ਆ ਜੀ ਜੀ ਔਰ ਫੈਮਲੀ ਤੋਂ ਇਲਾਵਾ ਗੱਲ ਕਰੀ ਤਾਂ ਸਭ ਤੋਂ ਵੱਧ ਸਪੋਰਟ ਕਿਦੀ ਰਹੀ ਬਾਰੋ ਫੈਮਲੀ ਤੋਂ ਬਾਅਦ ਮੇਰੇ ਸੱਜਣ ਮਿੱਤਰ ਨੇ ਦੋ ਚਾਰ ਮੈਂ ਉਹਨਾਂ ਦੇ ਨਾਮ ਜ਼ਰੂਰ ਸ਼ੇਅਰ ਕਰਨਾ ਚਾਹੁੰਗਾ ਸਭ ਤੋਂ ਪਹਿਲਾਂ ਗੁਰਮਿੰਦਰ ਕੈਂਡੋਵਾਲ ਜੀ ਬਹੁਤ ਅੱਛੇ ਰਾਈਟਰ ਨੇ ਜੀ ਜੀ ਉਹਨਾਂ ਵੱਲੋਂ ਸਪੋਰਟ ਸੀ ਨਾਲ ਮੇਰਾ ਬ੍ਰਦਰ ਸੁਖਵੀਰ ਜੀ ਜੀ ਸੀਗਾ ਤੇ ਹੋਰ ਲਾਡੀ ਸੁਬਾਨਪੁਰੀਆ ਮੇਰੇ ਤੇ 3-4 ਦੋਸਤ ਇਦਾਂ ਦੇ ਸੀਗੇ ਉਹਨਾਂ ਨੂੰ ਉਹਨਾਂ ਵੱਲੋਂ ਮੈਨੂੰ ਬੜਾ ਹੁੰਦਾ ਸੀਗਾ ਕਿ ਇਹਦੇ ਲਈ ਕੁਝ ਨਾ ਕੁਝ ਕੀਤਾ ਜਾਵੇ ਔਰ ਤੁਸੀਂ ਅਗਰ ਦੋਨੋਂ ਬ੍ਰਦਰ ਸਾਂਝ ਗਾਉਂਦੇ ਰਹੇ ਤਾਂ ਇਕੱਠੇ ਕਿਉਂ ਨਹੀਂ ਤੁਸੀਂ ਟਰੈਕ ਆਪਣਾ ਲਾਂਚ ਕੀਤਾ ਪਹਿਲਾਂ ਉਦੋਂ ਇਦਾਂ ਪਤਾ ਨਹੀਂ ਸੀ ਉਦੋਂ ਇਸ ਇਹਦੇ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਸੀ ਕਰਨਾ ਚਾਹੁੰਦੇ ਸੀ ਪਰ ਬ੍ਰਦਰ ਦੀ ਮੈਰਿਜ ਹੋ ਗਈ ਉਹ ਆਸਟ੍ਰੇਲੀਆ ਚਲਾ ਗਿਆ ਸਹੀ ਹੈ ਤੇ ਮੈਨੂੰ ਇਹ ਹੋਇਆ ਵੇ ਹੁਣ ਪਹਿਲਾਂ ਦੋ ਜਣੇ ਗਾਉਂਦੇ ਸੀ ਹੁਣ ਮੈਂ ਇਕੱਲਾ ਕਿਵੇਂ ਕੰਟੀਨਿਊ ਕਰੂੰਗਾ ਸਹੀ ਹੈ ਪਰ ਹੌਲੀ 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 ਸੋ ਅੱਗੇ ਕੋਈ ਪਲਾਨ ਹੈ ਕਿ ਬ੍ਰਦਰ ਨਾਲ ਦੁਬਾਰਾ ਕੁਝ ਜੁਗਲਬੰਦੀ ਦੇ ਵਿੱਚ ਮੈਂ ਜ਼ਰੂਰ ਕਰੂੰਗਾ ਜ਼ਰੂਰ ਜ਼ਰੂਰ ਕਰੂੰਗਾ ਸੋ ਬਸ ਇਹ ਹੈ ਉਹਨਾਂ ਦਾ ਵੀ ਮਨ ਹੈ ਕਿ ਬਈ ਸਾਡਾ ਪ੍ਰਾ 스타ਰ ਬਣ ਗਿਆ ਹੁਣ ਮੈਂ ਵੀ ਥੋੜਾ ਜਿਹਾ ਜ਼ਮਾਨਾ ਲੱਗਾ ਆਪਣਾ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਸਹੀ ਹੈ ਸੋ ਅ ਅਸੀਂ ਗੱਲ ਕਰਦੇ ਆਂ ਬ੍ਰੇਕ ਤੋਂ ਬਾਅਦ ਤੁਹਾਡੇ ਡੈਬਿਊ ਟਰੈਕ ਜਿਹੜਾ ਕਿ ਬਹੁਤ ਧ ਪਰ ਉਹ ਤੋਂ ਪਹਿਲਾਂ ਨਿਕਾਜਾ ਬ੍ਰੇਕ ਦੋਸਤੋ ਅਸੀਂ ਹੁਣੇ ਗਏ ਤੇ ਹੁਣੇ ਆਏ ਬ੍ਰੇਕ ਤੋਂ ਬਾਅਦ ਗੱਲ ਕਰਾਂਗੇ ਤਾਰੇ ਬਾਰੇ ਵੈਲਕਮ ਜੀ ਸਭ ਦਾ ਫਰਸਟ ਲੁੱਕ ਤੇ ਵਿੱਚ ਗੱਲ ਕਰ ਰਿਹਾ ਆਤੀਸ਼ ਦੇ ਨਾਲ ਆਤੀਸ਼ ਹੁਣ ਗੱਲ ਕਰੀਏ ਤੁਹਾਡੇ ਡੈਬਿਊ ਟਰੈਕ ਤਾਰੇ ਬਾਰੇ ਸੋ ਕਿੰਨਾ ਮੁਸ਼ਕਲ ਸੀ ਕਾਫੀ ਸਾਰੇ ਗਾਣਿਆਂ ਵਿੱਚੋਂ ਇਹੀ ਗਾਣਾ ਚੁਣਨਾ ਤਾਰੇ ਤਾਰੇ ਬੇਸਿਕਲੀ ਮੇਰੀ ਚੋਇਸ ਨਹੀਂ ਸੀਗੀ ਸਾਡੀ ਸਾਰੀ ਟੀਮ ਦੀ ਚੋਇਸ ਸੀ ਓਕੇ ਮੈਂ ਉਹੀ ਆਪਣੀ ਕੰਟੀਨਿਊ ਕਰੂੰਗਾ ਕਿ ਉਸ ਸਕੂਲ ਕਾਲਜ ਤੋਂ ਬਾਅਦ ਜਦ ਮੈਂ 골ਡ ਬாய் ਜਿਨ੍ਹਾਂ ਨੇ 뮤직 ਕੀਤਾ ਮੈਂ ਤੇ ਉਹ ਦੋਨੋਂ ਆਪਾਂ 10 ਸਾਲ ਤੋਂ ਫਰੈਂਡਸ ਆ ਸਕੂਲ ਕਾਲਜ ਤੋਂ ਓਕੇ ਓਕੇ ਔਰ ਉਹਨਾਂ ਨੇ 뮤직 ਕੀਤਾ ਸੀ ਤੇ ਨਿਰਮਾਨ ਮੈਨੂੰ ਉਸ ਜਗ੍ਹਾ ਤੇ ਮਿਲਿਆ ਨਿਰਮਾਨ ਰਾਈਟਰ ਜੋ ਸਾਡੇ ਗਾਣੇ ਦੇ ਉਹ ਮਿਲਿਆ ਉੱਥੇ ਹੀ Umesh paaji ਔਰ Ninja paaji ਮਿਲੇ ਇੱਕ ਟੀਮ ਇਕੱਠੀ ਹੋਈ ਆ ਤੇ ਆਪਾਂ ਬਹੁਤ ਸਾਰੇ ਗਾਣੇ ਬਣਾਏ ਹੋਏ ਸੀ ਉਹਦੇ ਵਿੱਚੋਂ ਇੱਕ ਗਾਣਾ ਚੂਜ਼ ਕੀਤਾ ਸੋ ਤੁਹਾਡਾ ਕੀ ਰਿਐਕਸ਼ਨ ਸੀ ਜਦੋਂ ਤੁਹਾਨੂੰ ਉਹਨਾਂ ਨੇ ਦੱਸਿਆ ਕਿ ਵੀ ਤਾਰੇ ਕਰਦੇ ਆ ਇਕੱਠੇ ਸੋ ਕਿਵੇਂ ਦਾ ਉਦੋਂ ਸੋਚਿਆ ਕਿ ਯਾਰ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ ਮੈਂ ਮੈਂ ਮੈਨੂੰ ਜ਼ਿਆਦਾ ਭਰੋਸਾ ਨਹੀਂ ਸੀ ਕਿ ਇਹ ਤਾਰੇ ਇਸ ਲੈਵਲ ਤੋਂ ਹੋ ਜਾਊਗਾ ਹਾਂ ਹਾਂ ਮੈਂ ਮੈਂ ਉਮੇਸ਼ ਕਰਮਾ ਵਾਲਾ ਭਾਜੀ ਮੈਂ ਉਹਨਾਂ ਦਾ ਬਹੁਤ ਮਤਲਬ ਜਿੰਨਾ ਮੈਂ ਉਹਨਾਂ ਬਾਰੇ ਬੋਲਦਾ ਬਹੁਤ ਘੱਟ ਆ ਹਮੇਸ਼ ਭਾਈ ਨੇ ਦੇਖਿਆ ਕਿ ਹਾਂ ਕੁਛ ਨਾ ਕੁਛ ਕਰਨਾ ਚਾਹੀਦਾ ਐਕਸ ਫੈਕਟਰ ਹੈ ਹਾਂਜੀ 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 ਤੇ ਮੈਂ ਐਸੇ ਹੀ ਬੈਠੇ ਨੇ ਸੁਣਾਇਆ ਕਿ ਭਾਜੀ ਆ ਗਾਣਾ ਹੈਗਾ ਆ ਭਾਜੀ ਕਹਿੰਦੇ ਇਹ ਗਾਣਾ ਕਰਦੇ ਆ ਸਹੀ ਹੈ ਇਹ ਗਾਣਾ ਕਰਦੇ ਮੈਂ ਕਿਹਾ ਭਾਜੀ ਯਕੀਨ ਆ ਤੁਹਾਨੂੰ ਕਹਿੰਦੇ ਬਿਲਕੁਲ ਮੈਨੂੰ ਯਕੀਨ ਆ ਮੈਂ ਬਸ ਭਾਜੀ ਦੇ ਯਕੀਨ ਦੇ ਉੱਤੇ ਸਰ ਬਹੁਤ ਸਾਰੇ ਸਿੰਗਰ ਨਾ ਕੁਝ ਤੜਕਪੜਕ ਵਾਲਾ ਚੂਸ ਕਰਦੇ ਨੇ ਡੈਬਿਊ ਦੇ ਲਈ ਬਟ ਤੁਸੀਂ ਬਿਲਕੁਲ ਹਟ ਕੇ ਚੂਸ ਕੀਤਾ ਇਹਦਾ ਕੋਈ ਖਾਸ ਰੀਜ਼ਨ ਪਤਾ ਨਹੀਂ ਇਹ ਤਾਂ ਉਹਨਾਂ ਨੂੰ ਲੱਗਦਾ ਸੀ ਕਿ ਮੈਨੂੰ ਰੋਮਾਂਟਿਕ ਜ਼ਿਆਦਾ ਸੂਟ ਕਰਦਾ ਆ ਸਹੀ ਹੈ ਕਿ ਲੁੱਕ ਦੇ ਨਾਲ ਜਾ ਰਹੀ ਹੁੰਦੀ ਹੈ ਹਾਂਜੀ 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 ਸੋ 골ਡ ਬாய் ਨਾਲ ਤੁਸੀਂ ਕੰਮ ਕੀਤਾ ਕਾਫੀ ਅੱਛਾ 뮤ਜ਼ਿਕ ਦੇਂਦ ਨੇ ਸਭ ਨੂੰ ਪਤਾ ਹੈ ਸੋ ਕਿਵੇਂ ਦਾ ਐਕਸਪੀਰੀਅੰਸ ਰਿਹਾ ਕੰਮ ਕਰਕੇ ਇੰਨੇ ਵੱਡੇ ਨਾਮ ਨਾਲ ਬਹੁਤ ਬਹੁਤ ਜ਼ਿਆਦਾ ਵਧੀਆ ਰਿਹਾ ਮੈਂ ਤਾਂ ਮੈਂ ਤੇ ਉਹ ਦੋਨੋਂ ਜਣੇ ਬੈਠ ਕੇ ਹੀ ਕੰਪੋਜੀਸ਼ਨਸ 뮤ਜ਼ਿਕ ਬਣਾਉਂਦੇ ਰਹਿੰਦੇ ਸੀ ਮੈਂ ਬਹੁਤ ਕੁਝ ਸਿੱਖਿਆ 골ਡ ਬாய் ਤੋਂ ਵੀ ਸਹੀ ਹੈ ਮ ਮੈਂ ਕਹਿ ਸਕਦਾ ਕਿ ਮੈਂ ਗੋਲਡ ਵਾਇਰ ਨੂੰ ਵੀ ਕਹਿ ਸਕਦਾ ਕਿ ਮੇਰਾ ਉਹ ਵੀ ਗੁਰੂ ਆ ਕਿਉਂਕਿ ਮੈਨੂੰ ਉਹਦੇ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ 10 ਸਾਲ ਤੋਂ ਅਸੀਂ ਇਕੱਠੇ ਸਟਰਗਲ ਦੇ ਵਿੱਚ ਹੁਣ ਉਹਨਾਂ ਦਾ ਵੀ ਬਹੁਤ ਵਧੀਆ ਨਾਮ ਆ ਨਾ ਤੇ ਮੈਂ ਹੁਣ ਤੱਕ ਉਹਦੇ ਨਾਲ ਬੈਠ ਬੈਠ ਕੇ ਇਹ ਸਾਰਾ ਕੁਝ ਸੋ 뮤직 ਦੀ ਗੱਲ ਚੱਲ ਰਹੀ ਤਾਂ ਮੈਨੂੰ ਲੱਗਾ ਥੋੜਾ ਜਿਹਾ ਮਾਹੌਲ ਬਣਾ ਲੈਣਾ ਚਾਹੀਦਾ ਆਪਾਂ ਨੂੰ ਜੀ ਬਿਲਕੁਲ ਥੋੜੀ ਫਿਰ ਦੋ ਲਾਈਨਾਂ ਗਾਇਕੀ ਦੇ ਹੋ ਜਾਣ ਇਸ ਗਾਣੇ ਦੀਆਂ ਤਾਰੇ ਦੀਆਂ ਹੂੰ ਬਸ ਦੋ ਹੀ ਚੀਜ਼ਾਂ ਯਾਦ ਨੇ ਮੈਨੂੰ ਤੂੰ ਤੇ ਤੇਰਾ ਨਾ ਮੈਨੂੰ ਲੱਗਦਾ ਸੀ ਮੁੜ ਆਵੇਂਗਾ ਬੋਲਦਾ ਸੀ ਬਨੇਰੇ ਕਾ ਯਾਦਾਂ ਤੇਰੀਆਂ ਨੂੰ ਭੁੱਲ ਕਿਵੇਂ ਜਾਵਾਂ ਮੈਂ ਮੋਤੀ ਚੁਣ ਚੁਣਵਾਲਾ ਵਿੱਚ ਪਾਵਾਂ ਮੈਂ ਇਹੋ ਕੰਮ ਰੋਜ਼ ਬਾਰ-ਬਾਰ ਕਰਾਂ ਗਿਣਤੇ ਮੈਂ ਤਾਰੇ ਸਾਰੇ ਦੇ ਸਾਰੇ ਇਹ ਤੋਂ ਵੱਧ ਕੇ ਕੀ ਦੱਸ ਇੰਤਜ਼ਾਰ ਕਰ ਤੇਰੇ ਬਿਨਾਂ ਚਾਹਾਂ ਕਿਸੇ ਨੂੰ ਇਤੋਂ ਅਦਕ ਕਿ ਕਿਦਾਸ ਤੈਨੂੰ ਪਿਆਰ ਕਰਾਂ ਵਾਹ ਜੀ ਵਾਹ ਕੀ ਬਾਤ ਹੈ ਕੀ ਮਤਲਬ ਦਿਖਦਾ ਹੈ ਦਰਦ ਵੀ ਦਿਖਦਾ ਹੈ ਇਹ ਮੈਨੂੰ ਲੱਗਦਾ ਕਿ ਲਾਈਫ 'ਚ ਸੱਚੀ ਤਾਂ ਨਹੀਂ ਮਿਲਿਆ ਦਰਦ ਕੋਈ ਯੋ ਮਤਲਬ ਇੰਨਾ ਦਰਦ ਚ ਲਿਖਦਾ ਹੈ ਆਵਾਜ਼ ਦੇ ਵਿੱਚ ਹੁੰਦਾ ਤਾਂ ਹਰ ਇੱਕ ਨਾਲ ਹੀ ਆ ਤੁਹਾਨੂੰ ਪਤਾ ਹੈ ਤਾਂ ਮੈਂ ਸਹੀ ਫੜ ਲਿਆ ਨੇ ਸੋ ਉਸ ਉਸ ਤੋਂ ਬਾਅਦ ਕਿ ਕਹਿੰਦੇ ਨੇ ਕਿ ਇੱਕ ਜੇ ਤੁਸੀਂ ਵਧੀਆ ਗਾਇਕ ਬੰਨਾ ਹੈ ਤਾਂ ਇੱਕ ਵਾਰੀ ਧੋਖਾ ਖਾ ਲਓ ਤਾਂ ਮਤਲਬ ਦਰਦ ਅੰਦਰੋਂ ਨਿਕਲਦਾ ਹੈ ਔਰ ਜਨੂਨੀਅਤ ਨਾਲ ਨਿਕਲਦਾ ਹੈ ਪਰ ਇੰਨੀ ਗੱਲ ਹੈ ਕਿ ਉਸ ਉਸ ਟਾਈਮ ਤੋਂ ਬਾਅਦ ਜ਼ਿਆਦਾ ਅੱਗ ਪੈਦਾ ਹੋਈ ਹੈ ਜਿਹਦੇ ਕਰਕੇ ਸੋ ਉਹ ਕਿਉਂਕਿ ਉਹ ਹੁੰਦਾ ਹੈ ਉਹ ਫਾਇਰ ਜਿਹੜਾ ਕਿਤੇ ਨਾ ਕਿਤੇ ਕੋਈ ਝਟਕਾ ਲੱਗਦਾ ਹੈ ਤਾਂ ਬਣਦੀ ਗੱਲ ਹੈ ਨਾ ਸੋ ਬੜੀ ਕਾਫੀ ਸਟਾਈਲ ਮਿਲਦਾ ਹੈ ਗੋਲਡ ਬாய் ਦੇ ਨਾਲ ਵੀ ਤੁਸੀਂ ਗਾਇਆ ਤਾਂ ਮੈਨੂੰ ਕਾਫੀ ਰਿਲੇਟ ਕਰ ਪਾਇਆ ਮੈਂ ਉਸ ਚੀਜ਼ ਨੂੰ ਮੈਂ ਜਿਵੇਂ ਠੇਠ ਪੰਜਾਬੀ ਚ ਕਹੀਏ ਕਿ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਬਦਲ ਲੈਂਦਾ ਮੈਂ ਜਿਵੇਂ ਦੱਸਿਆ ਕਿ ਮੈਂ ਕੁਝ ਗੁਰੂ ਗੋਲਡਬਾਈ ਨੂੰ ਵੀ ਮੰਨਦਾ ਕਿਉਂਕਿ ਮੈਂ ਬਹੁਤ ਕੁਝ ਸਿੱਖਿਆ ਸੀ ਇਕੱਠਿਆਂ ਨੇ ਸਿੱਖਿਆ ਉਹ ਨਹੀਂ ਮੇਰੀ ਗਾਇਕੀ ਮੇਰੀ ਲਾਇਬ੍ਰੇਰੀ ਪਹਿਲਾਂ ਠੇਠ ਸੀ ਅੱਛਾ ਜੀ ਉਹਨੇ ਮੇਰੀ ਲਾਇਬ੍ਰੇਰੀ ਨੂੰ ਥੋੜਾ ਜਿਹਾ ਬਾਲੀਵੁੱਡ ਟੱਚ ਦਿੱਤਾ ਆ ਹਲਕਾ ਜਿਹਾ ਤੇ ਉਹ ਦੇਖ ਅੱਛਾ ਇਹਨਾ ਕੀ ਚਾਹੀਦਾ ਹੁੰਦਾ ਕਿ ਥੋੜਾ ਜਿਹਾ ਕਿਨਾਰਾ ਦੇ ਦਿਓ ਤੇ ਬਸ ਗੱਲ ਬਣ ਜਾਂਦੀ ਸੋ ਹੁਣ ਗੱਲ ਕਰੀਏ ਵੀਡੀਓ ਦੀ ਵੀਡੀਓ ਚ ਬਈ ਬਿਲਕੁਲ ਜਮਾ ਜਵਾਕ ਲੱਗ ਰਹੇ ਹੋ ਸਕੂਲ ਦਾ ਟਾਈਮ ਤੁਸੀਂ ਦਿਖਾਇਆ ਵੀਡੀਓ ਦੇ ਵਿੱਚ ਕਾਫੀ ਸੋਹਣੀ ਵੀਡੀਓ ਇਹ ਪਹਿਲਾਂ ਦੱਸੋ ਡਾਇਰੈਕਟ ਕਿੰਨੇ ਕੀਤੀ ਹੋਈ ਹੈ ਇਹ ਡਾਇਰੈਕਟ ਕੀਤੀ ਹੈ ਜੀ ਟਰੂ ਮੇਕਰਸ ਨੇ ਅੱਛਾ ਜੀ ਹਾਂਜੀ ਟਰੂ ਮੇਕਰਸ ਨੇ ਕੀਤੀ ਹੋਈ ਹੈ ਸੋ ਕਿਵੇਂ ਦਾ ਐਕਸਪੀਰੀਅੰਸ ਰਿਹਾ ਉਹ ਨਾਲ ਕੰਮ ਕਰਕੇ ਉਹ ਬਹੁਤ ਜ਼ਿਆਦਾ ਸ਼ਾਂਤ ਦਿਲ ਵਾਲੇ ਠੰਡੇ ਸੁਭਾਅ ਦੇ ਔਰ ਕੰਮ ਵਧੀਆ ਕਰਨ ਵਾਲੇ ਬੰਦੇ ਆ ਤੇ ਸੀਰੀਅਸਲੀ ਮੈਨੂੰ ਕੰਮ ਕਰਕੇ ਬਹੁਤ ਵਧੀਆ ਲੱਗਾ ਜੀ ਜੀ ਮੈਂ ਫੇਰ ਦੁਬਾਰਾ ਆ ਰਿਹਾ ਕਿ ਜਿਹੜੀ ਸਕੂਲ ਵਾਲੀ ਕੁੜੀ ਸੀ ਉਹ ਮਿਲੀ ਕਿ ਨਹੀਂ ਸਕੂਲ ਵਾਲੀ ਕੁੜੀ ਵੀ ਮੈਂ ਤੁਹਾਨੂੰ ਦੱਸਦਾ ਮਹਿਕ ਨਾਮ ਉਹਦਾ अच्छा जी पर वो जड़ी स्टोरी ਵਿੱਚ ਨਹੀਂ ਕਹ ਰਹੇ ਇਹ ਮਹਿ ਕਿਹੜੀ ਜਿਹੜੀ ਗਾਣੇ ਚ ਸੀ ਜਾਂ ਜਿਹੜੀ ਸੱਚੀ ਚ ਸੀ ਨਹੀਂ ਨਹੀਂ ਜਿਹੜੀ ਗਾਣੇ ਚ ਸੀ ਉਹ ਵੀ ਸਾਡੇ ਟੀਮ ਦੀ ਮੈਂਬਰ ਮੈਂ ਉਹਦਾ ਨਾਮ ਵੀ ਲੈਣਾ ਪਹਿਲਾਂ ਭੁੱਲ ਗਿਆ ਉਹ ਵੀ ਸਾਡੇ ਟੀਮ ਦੀ ਕਰਮਾ ਐਂਟਰਟੇਨਮੈਂਟ ਦੀ ਮੈਂਬਰ ਹੈ ਇਹ ਜੇ ਤੁਸੀਂ ਉਸ ਕੁੜੀ ਦੀ ਗੱਲ ਕਰ ਰਹੇ ਹੋ ਸਕੂਲ ਵਾਲੀ ਸਕੂਲ ਵਾਲੀ ਨਹੀਂ ਸੀ ਮੇਰਾ ਥੋੜਾ ਜਿਹਾ ਕਾਲਜ ਆ ਕੇ ਪੰਗਾ ਪਿਆ ਅੱਛਾ ਕਾਲਜ ਆ ਗਿਆ ਪੰਗਾ ਪਿਆ ਹੈ ਜਦੋਂ ਨਵੇਂ-ਨਵੇਂ ਮੁੱਛ ਫੁੱਟਦੀ ਹੈ ਕਹਿ ਸਕਦੇ ਸਹੀ ਹੈ ਸੋ ਵੀਡੀਓਜ਼ ਕੰਮ ਕਰਕੇ ਤੁਸੀਂ ਦੱਸਿਆ ਕਿ ਐਕਸਪੀਰੀਅੰਸ ਅੱਛਾ ਰਿਹਾ ਬਟ ਤੁਸੀਂ ਲੁੱਕ ਕਿਵੇਂ ਮੇਨਟੇਨ ਕੀਤੀ ਇੰਨੀ ਅੱਛੀ ਕਿ ਤੁਸੀਂ ਬਿਲਕੁਲ ਸਕੂਲ ਗੋਇੰਗ ਬੋਏ ਲੱਗਦੇ ਹੋ ਹਨ ਮੇਰੀ ਪਹਿਲਾਂ ਕਾਫੀ ਮੈਂ ਬੀਅਰਡ ਰੱਖੀ ਹੋਈ ਸੀ ਕਾਫੀ ਮੁੱਛਾ ਦਾੜੀ ਸੀ ਗਿਆ ਕਾਫੀ ਜਿਵੇਂ ਪੰਜਾਬ ਚ ਟ੍ਰੈਂਡ ਹੈ ਤੁਹਾਨੂੰ ਪਤਾ ਹੈ ਨਾ ਮੁੱਛਾ ਦਾੜੀਆਂ ਦਾ ਮੈਂ ਵੀ ਰੱਖੀ ਹੋਈ ਸੀ ਇਹ ਸਾਰਾ ਜਿਹੜਾ ਕਾਨਸੈਪਟ ਸੀਗਾ ਇਹ ਉਮੇਸ਼ ਭਾਈ ਦਾ ਸੀਗਾ ਜੀ ਜੀ ਅਮੇਸ਼ ਭਾਈ ਚਾਹੁੰਦੇ ਸੀਗੇ ਕਿ ਇਦਾਂ ਦਾ ਕੁਝ ਨਾ ਕੁਝ ਕੀਤਾ ਜਾਵੇ ਉਹਨਾਂ ਨੇ ਹੀ ਟ੍ਰੂ ਮੇਕਰਸ ਨੂੰ ਕਿਹਾ ਸੀ ਕਿ ਸਕੂਲ ਦਾ ਪਰ ਰੱਖੀਏ ਜਿਹੜਾ ਕਨਸੈਪਟ ਹੈ ਕਿਉਂਕਿ ਸਕੂਲ ਦੇ ਕਨਸੈਪਟ ਦੀ ਗੱਲ ਕੀਤੀ ਹੈ ਤਾਂ ਸਾਰਿਆਂ ਦਾ ਮੇਰੇ ਖਿਆਲ ਨਾਲ ਡ੍ਰੀਮ ਹੈਗਾ ਕਿ ਬਈ ਸਕੂਲ ਲਾਈਫ ਕਿਤੇ ਨਾ ਕਿਤੇ ਦੁਬਾਰਾ ਮਿਲ ਜੇ ਨਾ ਸਵਾਦ ਆ ਰਿਹਾ ਹੈ ਨਾ ਚਾਹੀਏ ਇੱਕ ਦਿਨ ਜਾਣ ਦਾ ਮੌਕਾ ਮਿਲ ਜੇ ਬਟ ਤੁਹਾਨੂੰ ਉਹ ਲਾਈਫ ਦੁਬਾਰਾ ਜੀਣ ਦਾ ਮੌਕਾ ਮਿਲਿਆ ਸੋ ਕਿਵੇਂ ਦਾ ਲੱਗਿਆ ਉਹ ਚੀਜ਼ ਮੈਂ ਉਹ ਜਿਹੜੇ 2-3 ਦਿਨ ਸੀ ਮੈਂ ਬਹੁਤ ਇੰਜੋਏ ਕੀਤਾ ਸੱਚੀ ਮੈਨੂੰ ਸਕੂਲ ਦੀ ਯਾਦ ਆਈ ਆਪਾਂ ਵੀ ਕਰਦੇ ਹੁੰਦੇ ਸੀ ਇਹ ਬੰਦੀਆਂ ਸ਼ਰਾਰਤਾਂ ਹੈ ਨਾ ਉਹ ਕਹਿੰਦੇ ਨਾ ਕਿ ਬੰਦਾ ਰੋਂਦਾ ਵੀ ਜਦੋਂ ਸਕੂਲ ਜਾਂਦਾ ਹੈ ਉਦੋਂ ਵੀ ਰੋਂਦਾ ਜਾਂਦਾ ਜਦੋਂ ਛੱਡ ਕੇ ਜਾਂਦਾ ਉਦੋਂ ਵੀ ਰੋਂਦਾ ਹੈ ਜਦੋਂ ਵੀ ਮੈਂ ਜਾਂਦਾ ਆਪਣੇ ਮਾਲਪੁਰ ਜਾਂਦਾ ਨਾ ਮੈਂ ਆਪਣੇ ਘਰੇ ਜਾਂਦਾ ਤੇ ਮੈਂ ਆਪਣੇ ਸਕੂਲ ਦੇ ਅੱ ਪਰ ਉਦੋਂ ਸਕੂਲ ਤੋਂ ਬੰਕ ਕਈ ਵੇਲੇ ਕਰ ਲੈਂਦੇ ਹੁੰਦੇ ਸੀ ਉਦੋਂ ਯਾਰ ਹੋਰ ਚੀਜ਼ ਹੁੰਦੀ ਆ ਬਾਅਦ ਚ ਫਿਰ ਹਨਾ ਜਿੰਨਾ ਬਦਲ ਜਾਂਦੀਆਂ ਨੇ ਸੋ ਕੋਈ ਯਾਦਗਾਰ ਪਹਿਲਾ ਇਹੋ ਜਿਹਾ ਜੋ ਤੁਸੀਂ ਛੂਟ ਦੇ ਦੌਰਾਨ ਤੁਹਾਨੂੰ ਹਲੇ ਤੱਕ ਵੀ ਯਾਰ ਭੁੱਲਦਾ ਨਾ ਹੋਵੇ ਛੂਟ ਦੇ ਦੌਰਾਨ ਯਾਦਗਾਰ ਜਾਂ ਪੂਰੇ ਗਾੜੀ ਦੀ ਮੇਕਿੰਗ ਦੇ ਦੌਰਾਨ ਕਿ ਕੁਛ ਇਹੋ ਜਿਹਾ ਆਇਆ ਹੋਵੇ ਕਿ ਯਾਰ ਇਹ ਚੀਜ਼ ਕਮਾਲ ਹੋਈ ਸੀ ਮੈਨੂੰ ਸਾਰਾ ਹੀ ਵਧੀਆ ਲੱਗਾ ਵੈਸੇ ਇਹ ਸੀ ਉਹ ਪਹਾੜੀਆਂ ਦੇ ਵਿੱਚ ਕਾਲਜ ਜਿਹੜਾ ਹੈਗਾ ਨਾ ਜੋ ਉਹ ਪਹਾੜੀਆਂ ਦੇ ਵਿੱਚ ਆ ਮੈਂ ਨਾ ਬਾਰ ਬਾਰ ਦੋ ਤਿੰਨ ਟੇਕ ਹੋ ਰਹੇ ਸੀਗੇ ਬੱਚੇ ਭੱਜ ਰਹੇ ਸੀ ਉੱਪਰ ਜਾਂਦੇ ਸੀ ਫਿਰ ਭੱਜ ਕੇ ਥੱਲੇ ਆਉਂਦੇ ਸੀ ਮੈਂ ਇੰਨਾ ਜ਼ਿਆਦਾ ਥੱਕ ਗਿਆ ਸੀ ਕਿ ਲਾਸਟ ਵਿੱਚ ਇੱਕ ਜਗ੍ਹਾ ਬੈਠ ਗਏ ਕਿ ਮੈਨੂੰ 5 ਮਿੰਟ ਦੇ ਦਿਓ ਮੈਨੂੰ ਮੋਟਰਸਾਈਕਲ ਲੈ ਦੇਓ ਜੀ ਬਿਲਕੁਲ ਸਹੀ ਹੈ ਸਹੀਆ ਸੋ ਉਹ ਤੁਹਾਨੂੰ ਬੇਸਿਕਲੀ ਆਪਣੀ ਥਕਾਵਟ ਯਾਦ ਰਹਿ ਗਈ ਤੇ ਬਟ ਉਹ ਥਕਾਵਟ ਤੋਂ ਬਾਅਦ ਜੋ ਆਉਟਪੁੱਟ ਨਿਕਲੀ ਹੈ ਸੋ ਉਹਦਾ ਰਿਸਪੌਂਸ ਕਿਵੇਂ ਦਾ ਮਿਲਦਾ ਹੁਣ ਕਹਿੰਦੇ ਹਨੇਰੇ ਤੋਂ ਬਾਅਦ ਸਵੇਰ ਹੈ ਨਾ ਜੀ ਸੀਰੀਅਸਲੀ ਬਹੁਤ ਮਜ਼ਾ ਆ ਰਿਹਾ ਹੁਣ ਸਹੀ ਹੈ ਚਲੋ ਬ੍ਰੇਕ ਤੋਂ ਬਾਅਦ ਗੱਲ ਕਰਦੇ ਆ ਤੁਹਾਡੀ ਪਰਸਨਲ ਲਾਈਫ ਦੇ ਬਾਰੇ ਵੀ ਹੋਰ ਵੀ ਗੱਲਾਂ ਜਾਣਾਂਗੇ ਬੜਾ ਨਿੱਕਾ ਜਿਹਾ ਬ੍ਰੇਕ ਲੈਨੇ ਆ ਜੀ ਦੋਸਤੋ ਅਸੀਂ ਬ੍ਰੇਕ ਤੋਂ ਬਾਅਦ ਜਲਦੀ ਆ ਜਾਣਾ ਤੁਸੀਂ ਕਿਤੇ ਨਹੀਂ ਜਾਣਾ ਵੈਲਕਮ ਬੈਕ ਸੋਨੋ ਮੈਂ ਤੁਹਾਡਾ ਆਪਣਾਮਨ ਸਿੰਘ ਦੀਪ ਤੇ ਗੱਲ ਕਰ ਰਿਹਾ ਅੱਜ ਸੁਰੀਲੇ ਜਿਹੇ ਸਿੰਗਰ ਆਤੀਸ਼ ਦੇ ਨਾਲ ਆਤੀਸ਼ ਹੁਣ ਗੱਲ ਕਰੀਏ ਪਰਸਨਲ ਲਾਈਫ ਦੇ ਬਾਰੇ ਸੋ ਸਿੰਗਿੰਗ ਤੋਂ ਪਹਿਲਾਂ ਕਿਵੇਂ ਸੀ ਔਰ ਹੁਣ ਕੀ ਚੇਂਜ ਆਇਆ ਲਾਈਫ ਤੇ ਵਿੱਚ ਮ ਜ਼ਮੀਨ ਅਸਮਾਨ ਦਾ ਫਰਕ ਪੈ ਗਿਆ ਜੀ ਅੱਗੇ ਸਿੰਪਲ ਲਾਈਫ ਉਹ ਵੀ ਵਧੀਆ ਹੋਣ ਵਾਲੀ ਲਾਈਫ ਵੀ ਵਧੀਆ ਸਹੀ ਹੋਣ ਵਾਲੀ ਲਾਈਫ ਦੇ ਵਿੱਚ ਇਹ ਆ ਕਿ ਜਦੋਂ ਕਿਤੇ ਜਾਣਦੇ ਆ ਤੇ ਲੋਕ ਪਛਾਣਦੇ ਨੇ ਸਹੀ ਹੈ ਮੇਰਾ ਫੈਨ ਫੈਨ ਬੇਸ ਬਣਨਾ ਸ਼ੁਰੂ ਹੋ ਗਿਆ ਜੀ ਜੀ ਜਿਵੇਂ ਹੈਸ਼ਟੈਗ ਬਣਿਆ ਤਾਰੇ ਵਾਲਾ ਮੁੰਡਾ ਜਿਵੇਂ ਦੂਰੋਂ ਸ਼ੁਰੂ ਹੋ ਜਾਂਦਾ ਕਿ ਉਹ ਯਾਰ ਤਾਰੇ ਵਾਲਾ ਮੁੰਡਾ ਜਾ ਰਿਹਾ ਸਹੀ ਹੈ ਪਹਿਲਾਂ ਤਾਰੇ ਵਾਲੀ ਗੱਡੀ ਹੁੰਦੀ ਸੀ ਮਰਸੀਡੀਜ਼ ਹੁਣ ਤਾਰੇ ਵਾਲਾ ਮੁੰਡਾ ਆ ਗਿਆ ਜੀ ਉਹ ਉਹਨਾਂ ਨੇ ਸ਼ੁਰੂ ਕਰ ਦਿੱਤਾ ਜੀ ਸੋ ਸਿੰਗਿੰਗ ਦੇ ਵਿੱਚ ਆਪਣਾ ਰੋਲ ਮਾਡਲ ਕਿੰਨੂੰ ਮੰਨਦੇ ਹੋ singing ਦੇ ਵਿੱਚ ਆਪਣਾ ਮੈਂ ਪਰਟੀਕੂਲਰ ਕਿਸੇ ਇੱਕ ਨੂੰ ਨਹੀਂ ਮੰਨਦਾ ਰੋਲ ਮਾਡਲ ਮੈਂ ਅਲੱਗ-ਅਲੱਗ ਹਰ ਇੱਕ ਅਲੱਗ-ਅਲੱਗ ਵੈਸੇ ਮੈਂ ਲਕਵੇਂਦਰ ਵਿਡਾਲੀ ਜੀ ਨੂੰ ਬਹੁਤ ਸੁਣਦਾ ਰਿਆ ਸਹੀ ਹੈ ਤੇ ਮੈਨੂੰ ਉਹਨਾਂ ਦੀ ਗਾਇਕੀ ਬਹੁਤ ਸੋਹਣੀ ਲੱਗਦੀ ਸਹੀ ਹੈ ਸੋ ਅੱਗੇ ਤੁਸੀਂ ਹੁਣ ਕੀ ਪਲਾਨ ਕੀਤਾ ਕਿ ਗਾਹ ਕੀ ਲੈ ਕੇ ਆਣਾ ਮੈਂ ਫਿਊਚਰ ਦੇ ਵਿੱਚ ਜੋ ਜਿੱਦਾਂ ਪਹਿਲਾਂ ਸਾਰੀ ਟੀਮ ਨੇ ਸਿਲੈਕਟ ਕੀਤਾ ਸੀਗਾ ਉਵੇਂ ਨਿੰਜਾ ਭਾਜੀ ਉਮੇਸ਼ ਭਾਜੀ 골ਡ ਬாய் ਰਮਾਂਡ ਸਾਰੇ ਇਹ ਸੇਮ ਟੀਮ ਕੰਟੀਨਿਊ ਕਰ ਰਹੇ ਹੋ ਕੋਸ਼ਿਸ਼ ਪੂਰੀ ਆ ਪਰ ਜਿੰਨੇ ਵੀ ਵਧੀਆ ਵਧੀਆ ਕੰਮ ਕਰਾਂਗੇ ਵਧੀਆ ਹੀ ਵਧੀਆ ਲਿਰਿਕਸ ਵਧੀਆ ਵੀਡੀਓ ਕੋਸ਼ਿਸ਼ ਕਰਾਂਗੇ ਕਿ ਆਪਣੇ ਵੱਲੋਂ ਆਪਾਂ ਵਧੀਆ ਕੰਮ ਕਰੀਏ ਜੀ ਜੀ ਅਤੀਸ਼ ਬਹੁਤ ਸਾਰੇ ਯੰਗਸਟਰ ਹੁੰਦੇ ਨੇ ਜੋ ਨਾਮ ਤੇ ਫੇਮ ਦੇ ਲਈ ਇਸ ਲਾਈਨ ਦੇ ਵਿੱਚ ਆਉਂਦੇ ਨੇ ਬਟ ਤੁਹਾਡੇ ਲਈ ਇਹ ਪੈਸ਼ਨ ਹੈ ਜਾਂ profession ਹੈ ਮੇਰੇ ਲਈ ਪੈਸ਼ਨ ਹੈ ਮੇਰਾ ਪੈਸ਼ਨ ਹੈ ਹਾਂਜੀ ਸੋ ਹੁਣ ਹੁਣ ਤਾਂ ਪੈਸ਼ਨ ਜਿਹੜਾ profession ਵੀ ਬਣ ਗਿਆ ਸੋ ਹੁਣ ਕਿਵੇਂ ਦਾ ਲੱਗਦਾ ਹੈ ਕਿ ਬਈ ਆਪਣੇ ਡ੍ਰੀਮਸ ਜੀ ਰਿਆ ਮੈਂ ਮੈਂ ਕਿਤੇ ਪੜਿਆ ਸੀਗਾ ਕਿ ਜੇ ਤੁਹਾਡਾ ਪੈਸ਼ਨ profession ਹੋ ਜੇ ਨਾ ਉਹਦੇ ਨਾਲ ਦੀ ਰੀਸ ਨਹੀਂ ਆ ਜੀ ਤੇ ਬਟ اور ਇਹ ਚੀਜ਼ ਸਭ ਤੋਂ ਵਧੀਆ ਹੈ ਕਿ ਤੁਸੀਂ ਅਗਰ ਉਹ ਚੀਜ਼ ਜਿੰਦੇ ਹੋ ਹਨ ਤਾਂ ਤੁਸੀਂ ਆਬਵੀਅਸਲੀ ਆਪਣੇ ਡ੍ਰੀਮਸ ਜੀ ਰਹੇ ਹੋ ਮੈਂ ਆਪਣੀ ਸਟੱਡੀ ਵੀ ਉਹਦੇ ਵਿੱਚ ਹੀ ਕੀਤੀ ਮੇਰਾ ਪੈਸ਼ਨ ਵੀ ਉਹੀ ਸੀ ਤੇ ਮੈਨੂੰ ਪ੍ਰੋਫੈਸ਼ਨ ਉਹ ਮਿਲ ਗਿਆ ਤੇ ਇਹਦੇ ਨਾਲ ਤਾਂ ਵਧੀਆ ਗੱਲ ਨਹੀਂ ਹੋ ਸਕਦੀ ਹੋਰ ਫਿਊਚਰ ਇੱਕ ਕੋਈ ਡ੍ਰੀਮ ਪ੍ਰੋਜੈਕਟ ਹੁੰਦਾ ਉਹ ਕੀ ਹੈ ਤੁਹਾਡਾ ਮੇਰਾ ਡ੍ਰੀਮ ਪ੍ਰੋਜੈਕਟ ਹੈਗਾ ਆ ਕਿ ਮੈਂ ਬਾਲੀਵੁੱਡ ਚ ਜੀ ਪਾਲੀਵੁੱਡ ਚ ਤਾਂ ਗਾਣਾ ਚਾਹੁੰਦਾ ਪੰਜਾਬੀ ਫਿਲਮਾਂ ਚ ਵੀ ਗਾਣਾ ਚਾਹੁੰਦਾ ਮੈਂ ਬਾਲੀਵੁੱਡ ਤੱਕ ਆਪਣਾ ਸੋਚਿਆ ਹੈ ਕਿ ਮੈਂ ਬਾਲੀਵੁੱਡ ਚ ਵੀ ਕਦੀ ਗਾਣਾ ਐਜ਼ ਆ ਮਤਲਬ ਸਿੰਗਲ ਆਰਟਿਸਟ ਤੁਸੀਂ ਗਾਣਾ ਚਾਹੁੰਦੇ ਹੋ ਜਾਂ ਪਲੇਬੈਕ ਸਿੰਗਰ ਪਲੇਬੈਕ ਹੋ ਜਾਏ ਜਾਂ ਸਿੰਗਲ ਆਰਟਿਸਟ ਹੋ ਜਾ ਅੱਛਾ ਜੀ ਬੇਸਿਕਲੀ ਲੋਕਾਂ ਤੱਕ ਪਹੁੰਚਣਾ ਹੈ ਸਾਰਿਆਂ ਤੱਕ ਜੋ ਇਹਨਾਂ ਪਿਆਰ ਦਿੰਦੇ ਆ ਸਹੀ ਹੈ ਅਤੀਸ਼ ਕਾਫੀ ਅੱਛਾ ਨਾਮ ਬਣ ਗਿਆ ਤੁਹਾਡਾ ਹੁਣ ਬਟ ਮੈਂ ਗੱਲ ਕਰਾ ਤਾਂ ਇੱਕ ਪਿਤਾ ਦਾ ਰਿਐਕਸ਼ਨ ਬੜਾ ਜ਼ਰੂਰੀ ਹੁੰਦਾ ਕਿ ਉਹ ਕਿਵੇਂ ਫੀਲ ਕਰਦੇ ਨੇ ਮਹਿਸੂਸ ਕਰਦੇ ਨੇ ਤੁਹਾਨੂੰ ਲੈ ਕੇ ਸੋ ਕੀ ਰਿਐਕਸ਼ਨ ਹੈ ਉਹਨਾਂ ਦਾ ਹੁਣ ਜਾਂ ਕਿਵੇਂ ਫੀ ਕਿਉਂਕਿ ਬੇਸਿਕਲੀ ਮੇਰੇ ਪਾਪਾ ਦਾ ਸੁਪਨਾ ਸੀ ਕਿ ਮੈਂ ਕੁਝ ਕਰਾਂ ਕਿਉਂਕਿ ਉਹ ਬਹੁਤ ਵਧੀਆ ਸਿੰਗਰ ਨੇ ਬਹੁਤ ਵਧੀਆ ਰਾਈਟਰ ਨੇ ਔਰ ਉਹਨਾਂ ਨੇ ਉਹਨਾਂ ਦੇ ਜਦੋਂ ਉਹ ਮੇਰੀ ਏਜ ਦੇ ਵਿੱਚ ਸੀ ਉਹਨਾਂ ਦੇ ਹਾਲਾਤ ਕਰਦੇ ਉਹ ਮੁਨਾਸਬ ਨਹੀਂ ਸੀਗੇ ਕਿ ਉਹ ਇਸ ਫੀਲਡ ਦੇ ਵਿੱਚ ਆ ਸਕਣ ਤੇ ਉਹਨਾਂ ਨੇ ਗਵਰਨਮੈਂਟ ਚ ਜੋਬ ਚੁਣੀ ਆ ਔਰ ਪਰ ਕਿਤੇ ਨਾ ਕਿਤੇ ਉਹਨਾਂ ਦੇ ਮਨ ਚ ਸੀ ਮੈਂ ਆਪਣਾ ਸੁਪਨਾ ਆਪਣੇ ਬੱਚਿਆਂ ਦੇ ਥਰੂ ਪੂਰਾ ਕਰਾਂ ਤੇ ਮੈਂ ਤੇ ਮੇਰਾ ਭਰਾ ਇਸ ਚੀਜ਼ ਨੂੰ ਅੱਗੇ ਲੈ ਕੇ ਹੀ ਆ ਰਹੇ ਹਾਂ ਸਹੀ ਹੈ ਬਿਲਕੁਲ ਵਧੀਆ ਕਿਉਂਕਿ ਮਾਪਿਓ ਹਮੇਸ਼ਾ ਬੱਚਿਆਂ ਦੇ ਵਿੱਚ ਆਪਣੇ ਸੁਪਨੇ ਜੀਂਦੇ ਨੇ ਸੋ ਤੁਸੀਂ ਉਹਨੂੰ ਬੜੇ ਵਿਧੇ ਤਰੀਕੇ ਨਾਲ ਪੂਰਾ ਵੀ ਕੀਤਾ ਔਰ ਅੱਗੇ ਕੀ ਕੀ ਪ੍ਰੋਜੈਕਟ ਲੈ ਕੇ ਆ ਰਹੇ ਹੋ ਹੁਣ ਸਾਡੇ ਲਈ ਦੋ ਤਿੰਨ ਸਰਪ੍ਰਾਈਜ਼ ਆ ਅੱਛਾ ਜੀ ਜਰੂਰ ਜਲਦੀ ਅਨਾਉਂਸ ਕਰਾਂਗੇ ਅੱਛਾ ਦੋ ਤਿੰਨ ਸਰਪ੍ਰਾਈਜ਼ ਤਿਆਰ ਨੇ ਕੋਈ ਸ਼ੇਅਰ ਕਰਨਾ ਚਾਹੋਗੇ ਸਾਡੇ ਨਾਲ ਹਲੇ ਤਾਂ ਇੱਕ ਰੋਮਾਂਟਿਕ ਗੀਤ ਨਾਲ ਲੱਗਦਾ ਇੱਕ ਰੋਮਾਂਟਿਕ ਗੀਤ ਰੈਡੀ ਕਰ ਰਹੇ ਆਂ ਕਿੰਨੀ ਜਲਦੀ ਤੁਹਾਡੇ ਚਾਹਣ ਵਾਲਿਆਂ ਨੂੰ ਦੇਖਣ ਨੂੰ ਮਿਲ ਗਿਆ ਗਾਣਾ ਇੱਕ ਡੇਢ ਮਹੀਨੇ ਦੇ ਵਿੱਚ ਵਿੱਚ ਆਪਾਂ ਵੀਡੀਓ ਰੈਡੀ ਕਰ ਲਾਂਗੇ ਆਹ ਜੀ ਫਿਰ ਉਸ ਸਾਹਿਬ ਨਾਲ ਜੀ ਔਰ ਉਹ ਵੀ ਟਰੈਕ ਸਾਰੀ ਟੀਮ ਨੇ ਚੂਜ਼ ਕੀਤਾ ਹਾਂ ਜੀ ਹਾਂ ਜੀ ਜੋ ਸੇਮ ਟੀਮ ਰਿਪੀਟ ਹੋਈ ਸਾਰੀ ਟੀਮ ਹੀ ਚੂਜ਼ ਕਰਦੀ ਹੈ ਸਹੀ ਹੈ ਚਲੋ 올 ది ਬੈਸਟ ਹੈ ਸਾਡੀ ਵੱਲੋਂ ਤੁਹਾਨੂੰ ਔਰ ਤੁਹਾਡੀ ਪੂਰੀ ਟੀਮ ਨੂੰ ਕਿ ਜੋ ਵੀ ਤੁਸੀਂ ਅੱਗੇ ਲੈ ਕੇ ਆਓ ਬਹੁਤ ਸੁਪਰ ਡੁੱਪਰ ਹਿੱਟ ਜਾਵੇ ਔਰ ਪਰਮਾਤਮਾ ਤਾਰੇ ਤੋਂ ਵੱਧ ਪਿਆਰ ਦਿਵਾਵੇ ਅੱਗੇ ਵਾਲੇ ਪ੍ਰੋਜੈਕਟ ਥੈਂਕ ਯੂ ਤੋਂ ਧੰਨਵਾਦ ਭਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਦੋਸਤੋ ଏਸੀ ਸਾਡੇ 16 ਦੇ ਸਮੁੰਦਰ ਦਾ ਉੱਬਰਦਾ ਹੋਇਆ ਤਾਰਾ ਅਗਲੇ ਐਪੀਸੋਡ ਦੇ ਵਿੱਚ ਫਿਰ ਗੱਲ ਕਰਾਂਗੇ ਕਿਸੇ ਹੋਰ ਉੱਬਰਦੇ ਹੋਏ ਕਲਾਕਾਰ ਦੇ ਨਾਲ ਤਦ ਤੱਕ ਲਈ ਮੈਨੂੰ ਦਿਓ ਜੀ ਇਜਾਜ਼ਤ ਸਤਿ ਸ੍ਰੀ ਅਕਾਲ ਜੀ